ਗਾਇਕੀਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ, ਸਾਰੇ ਕਿਵੇਂ ਹੋ? ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਹਾਂ। ਤੇ ਲਓ ਜੀ, ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਹੋਰ ਸਪੈਸ਼ਲ ਵੀਡੀਓ। ਇਹ ਵੀਡੀਓ ਹੈਗੀ ਹੈ ਸਿਲਾਈ ਤੇ। ਤੇ ਜਦੋਂ ਆਪਾਂ ਸਿਲਾਈ ਕਰਦੇ ਹਾਂ ਜੀ, ਸਿਲਾਈ ਵਾਸਤੇ ਜੋ ਜੋ ਆਪਾਂ ਨੂੰ ਸਮਾਨ ਚਾਹੀਦਾ ਹੈ, ਸਿਲਾਈ ਸਿੱਖਣ ਤੋਂ ਪਹਿਲਾਂ ਜੋ ਜੋ ਸਮਾਨ ਚਾਹੀਦਾ ਉਹਦੇ ਬਾਰੇ ਦੱਸਦੇ ਆ ਕੀ ਕੀ ਸਮਾਨ ਦੀ ਲੋੜ ਹੁੰਦੀ ਹੈ ਜੀ ਆਪਾਂ ਨੂੰ। ਸਭ ਤੋਂ ਪਹਿਲਾਂ ਤਾਂ ਚਾਹੀਦਾ ਜੀ ਆਪਾਂ ਨੂੰ ਸਿੱਖਣ ਵਾਸਤੇ ਕੱਪੜਾ, ਸੂਟ ਚਾਹੀਦਾ ਜੀ। ਆਪਾਂ ਉੱਤੇ ਕੱਟ ਕੇ ਕੱਟਾਂਗੇ, ਕਟਿੰਗ ਕਰਾਂਗੇ, ਸਿਲਾਈ ਕਰਾਂਗੇ, ਇਹ ਵਾਲਾ ਚਾਹੀਦਾ। ਇਹ ਸੂਟ ਹੋਣਾ ਚਾਹੀਦਾ ਜੀ ਕਾਟਨ ਦਾ, ਕਾਟਨ ਬੇਸ ਤੇ ਹੋਣਾ ਚਾਹੀਦਾ। ਤੇ ਕੱਪੜਾ ਬਿਲਕੁਲ ਕਾਟਨ ਹੋਣਾ ਚਾਹੀਦਾ ਕਿਉਂਕਿ ਕਾਟਨ ਦੇ ਕੱਪੜੇ ਦੇ ਸਿਲਾਈ ਬਿਲਕੁਲ ਸੌਖੇ ਤਰੀਕੇ ਨਾਲ ਸਿੱਖੀ ਜਾਂਦੀ ਹੈ। ਜੇ ਆਪਾਂ ਹੁਣ ਰੇਸ਼ਮੀ ਕੱਪੜਾ ਯੂਜ਼ ਕਰਾਂਗੇ ਤਾਂ ਉਹ ਤੇ ਛੇਤੀ ਜਲਦੀ ਸਿੱਖਿਆ ਨਹੀਂ ਜਾਂਦਾ ਹੈਗਾ ਕਿਉਂਕਿ ਉਹ ਜੇ ਧਾਗਾ ਰੇਸ਼ਮੀ ਹੁੰਦਾ ਕੱਪੜੇ ਇੱਧਰ ਉੱਧਰ ਸਰਕ ਜਾਂਦਾ। ਤੇ ਇਹ ਕਾਟਨ ਦਾ ਕੱਪੜਾ ਆਇਆ ਵੀ ਜਿਵੇਂ ਜਿੱਥੇ ਵੀ ਆਪਾਂ ਸਿਲਾਈ ਮਾਰਾਂਗੇ ਉੱਥੇ ਸੈੱਟ ਰਹਿੰਦਾ। ਤੇ ਲੋ ਜੀ, ਸਿੱਖਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਕਾਟਨ ਦਾ ਸੂਟ। ਤੇ ਫਿਰ ਉਸ ਤੋਂ ਬਾਅਦ ਜੀ ਆਪਾਂ ਨੂੰ ਚਾਹੀਦੀ ਹੈ ਜੀ ਕੈਂਚੀ, ਸੀਜ਼ਰ। ਇਹ ਕੈਂਚੀ ਚਾਹੀਦੀ ਆ, ਮਤਲਬ ਦੂਸਰੇ ਨੰਬਰ ਤੇ ਆਪਾਂ ਨੂੰ ਚਾਹੀਦੀ ਹੈ ਜੀ ਸੀਜ਼ਰ। ਇਹ ਸੀਜ਼ਰ ਆਪਾਂ ਨੂੰ ਕੈਂਚੀ ਤਾਂ ਚਾਹੀਦੀ ਕਿਉਂਕਿ ਇਹ ਨਾਲ ਸੂਟ ਕਟਿੰਗ ਹੋ ਜਾਂਦਾ। ਤੇ ਇਹ ਕੈਂਚੀ ਸਿਰਫ ਕੱਪੜਿਆਂ ਵਾਸਤੇ ਹੀ ਹੋਵੇ ਜੀ, ਮਤਲਬ ਕਿ ਇਹਦੇ ਨਾਲ ਕੋਈ ਗੱਤਾ ਵਗੈਰਾ ਨਾ ਕੱਟਿਆ ਜਾਵੇ, ਨਾ ਕੋਈ ਮਤਲਬ ਕਿ ਜਿਵੇਂ ਆਪਾਂ ਪਲਾਸਟਿਕ ਦੀ ਬੋਤਲ ਕੱਟਣ ਲੱਗੇ ਨਾ ਇੱਦਾਂ ਵਗੈਰਾ ਕੁਛ ਨਾ ਕੱਟੋ। ਸਿਰਫ ਇਹ ਜੋ ਕੈਂਚੀ ਆ ਆਪਣੀ ਕੱਪੜਿਆਂ ਵਾਸਤੇ ਹੋਣੀ ਚਾਹੀਦੀ ਆ ਅਲੱਗ। ਤੇ ਇਹਦੀ ਜੋ ਧਾਰ ਹੁੰਦੀ ਹੈ ਕੈਂਚੀ ਦੀ ਇਹ ਤਿੱਖੀ ਹੋਣੀ ਚਾਹੀਦੀ ਆ। ਤੇ ਮਤਲਬ ਕਿ ਐ ਨਹੀਂ ਹੈਗਾ ਵੀ ਚਲੋ ਜਿਹੜੀ ਵੀ ਕੈਂਚੀ ਆਈ ਉਹਦੇ ਨਾਲ ਸੂਟ ਕੱਟ ਲਿਆ, ਫਿਰ ਜਦੋਂ ਆਪਾਂ ਸੂਟ ਕਟਿੰਗ ਕਰਦੇ ਆ ਨਾ ਟੱਕ ਪੈਣੇ ਲੱਗ ਜਾਂਦੇ ਨੇ ਕੱਪੜੇ ਦੇ ਵਿੱਚ। ਤੇ ਇਸ ਲਈ ਆਪਾਂ ਨੂੰ ਕੈਂਚੀ ਸਿਰਫ ਲੈਦਾ ਹੀ ਰੱਖਣੀ ਚਾਹੀਦੀ ਆ, ਉਹ ਵੀ ਕੱਪੜਿਆਂ ਵਾਸਤੇ ਸਪੈਸ਼ਲ। ਤੇ ਤੀਸਰੇ ਨੰਬਰ ਤੇ ਆ ਗਿਆ ਜੀ ਆਪਣਾ ਇੰਚੀ ਟੇਪ। ਇਹਦੇ ਬਿਨਾਂ ਤਾਂ ਆਪਣਾ ਸੂਟ ਕਟਿੰਗ ਬਿਲਕੁਲ ਨਹੀਂ ਹੋਣਾ ਹੈਗਾ ਕਿਉਂਕਿ ਇਹਦੇ ਨਾਲ ਹੀ ਮਿੰਤੀ ਮਿੰਤੀ ਕਰੀ ਜਾਂਦੀ ਆ। ਤੇ ਇਹ ਇੰਚੀ ਟੇਪ ਆਪਾਂ ਤੁਹਾਨੂੰ ਦੱਸਦੇ ਆ। ਤੇ ਇਹ ਹੋ ਗਿਆ ਜੀ ਆਪਣਾ ਇੰਚੀ ਟੇਪ ਸੂਟ ਕੱਟਣ ਵਾਲਾ, ਜਿਵੇਂ ਕਿ ਉਹ ਹੋ ਗਿਆ 1 ਇੰਚ, ਇਹ ਹੋ ਗਿਆ ਜੀ ਗਾਹਾਂ 1.25, ਇਹ ਹੋ ਗਿਆ 1.25, ਇਹ ਹੋ ਗਿਆ 1.5, ਇਹ ਹੋ ਗਿਆ 2.25, ਫਿਰ 2, ਫਿਰ 2.25। ਆ ਦੇਖੋ ਜੀ, ਫਿਰ 2.25 ਹੋ ਗਿਆ ਇਹ, ਫਿਰ 2.5 ਹੋ ਗਿਆ, ਫਿਰ 2.75 ਹੋ ਗਿਆ, ਫਿਰ 3 ਹੋ ਗਿਆ। ਇਹ ਮਿੰਤੀ ਗਿਣਤੀ ਇੱਦਾਂ ਹੀ ਸੂਟਾਂ ਨਾਲ ਕਰੀ ਜਾਂਦੀ ਹੈ ਵੀ ਕਿੰਨੀ ਇੰਚ ਲਵਾਈ ਰੱਖਣੀ ਆ। ਇਹ ਹੋ ਗਿਆ ਮਤਲਬ ਕਿ ਆਪਣਾ ਸੈਂਟੀਮੀਟਰ, ਇਹ ਹੋ ਗਿਆ ਜੀ ਆਪਣਾ ਮਤਲਬ ਕਿ ਜਿਵੇਂ ਮੀਟਰ ਦੇ ਵਿੱਚ ਮਿੰਟ ਦਾ ਮੀਟਰ, 39 ਇੰਚ ਦਾ 1 ਮੀਟਰ ਹੁੰਦਾ ਜੀ। ਇਹ ਹੋ ਗਿਆ 39 ਇੰਚ ਦਾ 1 ਮੀਟਰ, ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ, ਇਹ ਹੋ ਗਿਆ 39 ਇੰਚ ਦਾ 1 ਮੀਟਰ ਹੋ ਗਿਆ 39 ਇੰਚ ਦਾ। ਤੇ ਜੇ ਆਪਾਂ ਨੇ ਅੱਧਾ ਮੀਟਰ ਕਰਨਾ ਤਾਂ 20 ਇੰਚ ਦਾ ਅੱਧਾ ਮੀਟਰ ਹੋਊਗਾ, ਠੀਕ ਹੈ ਜੀ। ਦੇਖੋ ਜੀ, ਇਹਦੇ ਬਿਨਾਂ ਤਾਂ ਆਪਣੀ ਸੂਟ ਦੀ ਕਟਿੰਗ ਬਿਲਕੁਲ ਨਹੀਂ ਹੋਣੀ ਚਾਹੀਦੀ, ਬਿਲਕੁਲ ਨਹੀਂ ਹੁੰਦੀ। ਤੇ ਇਹ ਵੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਇੰਚੀ ਟੇਪ। ਤੇ ਇਸ ਤੋਂ ਬਾਅਦ ਆ ਗਿਆ ਜੀ ਆਪਣੀਆਂ ਰੀਲਾਂ। ਤੇ ਇਹ ਦੇਖੋ ਜੀ, ਰੀਲਾਂ ਬਿਨਾਂ ਵੀ ਆਪਾਂ ਨੂੰ ਬਿਲਕੁਲ ਨਹੀਂ ਸਰਨਾ ਕਿਉਂਕਿ ਜਦੋਂ ਆਪਾਂ ਸੂਟ ਸਿਲਾਈ ਕਰਾਂਗੇ ਤਾਂ ਆਪਾਂ ਨੂੰ ਰੀਲਾਂ ਦੀ ਸਭ ਤੋਂ ਵੱਧ ਲੋੜ ਪੈਂਦੀ ਆ। ਸੂਟ ਦਾ ਮੈਚਿੰਗ ਕਰਨਾ ਪੈਂਦਾ ਵੀ ਕਿਹੜੇ ਸੂਟ ਤੇ ਕਿਹੜੀ ਰੀਲ ਚੱਲੂਗੀ। ਤੇ ਇਹ ਮਤਲਬ ਕਿ ਆਪਾਂ ਨੂੰ ਰੀਲਾਂ ਚਾਹੀਦੀਆਂ ਨੇ। ਚੌਥੇ ਨੰਬਰ ਤੇ ਹੋ ਗਿਆ ਜੀ ਆਪਣਾ ਨਿਸ਼ਾਨੀ ਲਾਉਣ ਵਾਲਾ ਮਾਰਕਾ। ਇਹ ਹੋ ਗਿਆ ਜੀ ਆਪਣਾ ਮਾਰਕਾ। ਤੇ ਜਦੋਂ ਆਪਾਂ ਹੁਣ ਜੋ ਸੂਟ ਕਟਿੰਗ ਕਰਦੇ ਤਾਂ ਨਿਸ਼ਾਨੀ ਲਾਉਣ ਵਾਸਤੇ ਆਪਾਂ ਨੂੰ ਮਾਰਕਾ ਵੀ ਜ਼ਰੂਰੀ ਹੈ। ਦੇਖੋ ਜੀ, ਇੱਦਾਂ ਮਾਰਕਾ ਹੋਣਾ ਚਾਹੀਦਾ, ਮਤਲਬ ਕਿ ਜਦੋਂ ਆਪਾਂ ਪੈਨ ਵਗੈਰਾ ਨਾਲ ਕੱਟਣ ਲੱਗ ਗਏ ਨੇ, ਪੈਨਾਂ ਨਿਸ਼ਾਨੀ ਨਾਲ ਲੱਗ ਗਏ ਨੇ, ਸੋਰੀ ਕੱਟਣ ਗਏ ਤਾਂ ਅਸੀਂ ਪੈਨ ਨਾਲ ਪੈਨਾਂ ਨਿਸ਼ਾਨੀ ਲਾਉਂਦੇ ਹਾਂ, ਤੇ ਉਹ ਨਿਸ਼ਾਨੀ ਆਪਣੀ ਕਦੇ ਵੀ ਕੱਪੜੇ ਤੋਂ ਉਤਰਦੀ ਨਹੀਂ ਹੈਗੀ ਤੇ ਆਪਾਂ ਨੂੰ ਸਿਰਫ ਮਾਰਕਾ ਹੀ ਵਰਤਣਾ ਚਾਹੀਦਾ। ਇਹ ਹੈਗਾ ਕੱਚਾ ਮਾਰਕਾ, ਇਹ ਮਾਰਕੇ ਬਿਨਾਂ ਆਪਾਂ ਬਿਲਕੁਲ ਨਹੀਂ ਸਰਨਾ। ਇਹ ਹੈਗਾ ਨਿਸ਼ਾਨੀ ਲਾਉਣ ਵਾਲਾ ਮਾਰਕਾ। ਲਓ ਜੀ, ਹੁਣ ਤੋਂ ਨੰਬਰ 6 ਤੇ ਆ ਗਿਆ ਜੀ ਆਪਣੀ ਸਿਲਾਈ ਮਸ਼ੀਨ। ਲੋ ਜੀ, ਇਹ ਹੈਗੀ ਹੈ ਜੀ ਆਪਣੀ ਸਿਲਾਈ ਮਸ਼ੀਨ।
ਨੰਬਰ 6 ਤੇ ਆ ਗਈ ਸਿਲਾਈ ਮਸ਼ੀਨ। ਇਹ ਸਿਲਾਈ ਮਸ਼ੀਨ ਬਿਨਾ ਤਾਂ ਆਪਾਂ ਨੂੰ ਬਿਲਕੁਲ ਨਹੀਂ ਸਰਨਾ, ਕਿਉਂਕਿ ਇਹਦੇ ਨਾਲ ਆਪਣੇ ਸੂਟ ਸਿਲਾਈ ਕੀਤੇ ਜਾਂਦੇ, ਸਟਿਚਿੰਗ ਕੀਤੇ ਜਾਂਦੇ ਨੇ। ਤੇ ਇਹ ਸਿਲਾਈ ਮਸ਼ੀਨ ਹੈਗੀ ਜੀ ਮੋਟਰ ਤੇ ਚੱਲਦੀ ਆ, ਅੰਬਰੇਲਾ ਦੀ ਸਿਲਾਈ ਮਸ਼ੀਨ ਹੈ। ਤੇ ਅੰਬਰੇਲਾ ਦੀ ਮਸ਼ੀਨ ਹੈ ਜੀ ਇਹ। ਤੇ ਜਦੋਂ ਜੀ ਆਪਾਂ ਮਤਲਬ ਕਿ ਕੋਈ ਵੀ ਸੂਟ ਵਗੈਰਾ ਸਿੱਖਣਾ ਚਾਹੁੰਦੇ ਆ, ਸਟਿਚਿੰਗ ਕਰਨਾ ਚਾਹੁੰਦੇ, ਸਿਲਾਈ ਸਿੱਖਣਾ ਚਾਹੁੰਦੇ ਆ, ਤੇ ਆਪਾਂ ਨੂੰ ਸਿਰਫ ਪਹਿਲਾਂ ਤਾਂ ਆਪਾਂ ਨੂੰ ਹੱਥ ਵਾਲੀ ਮਸ਼ੀਨ ਤੇ ਸਿੱਖਣ ਦੀ ਲੋੜ ਹੈ, ਕਿਉਂਕਿ ਜਦੋਂ ਆਪਾਂ ਹੱਥ ਵਾਲੀ ਮਸ਼ੀਨ ਚਲਾਵਾਂਗੇ ਫਿਰ ਆਪਾਂ ਨੂੰ ਮੋਟਰ ਵਾਲੀ ਮਸ਼ੀਨ ਆਊਗੀ। ਜੇ ਹੁਣ ਆਪਾਂ ਪਹਿਲੀ ਮੋਟਰ ਵਾਲੀ ਮਸ਼ੀਨ ਤੇ ਸਿੱਖਾਂਗੇ ਫਿਰ ਆਪਾਂ ਤੋਂ ਜਲਦੀ ਨਹੀਂ ਸਿੱਖਿਆ ਜਾਣਾ। ਤੇ ਫਿਰ ਇਸ ਤੋਂ ਬਾਅਦ ਜੀ ਆਉਂਦੀ ਹੈ ਜੀ ਫਿਰਕੀਆਂ। ਇੱਦਾਂ ਦੀਆਂ ਫਿਰਕੀਆਂ ਵੀ ਹੋਣੀਆਂ ਜ਼ਰੂਰੀ ਨੇ, ਇੱਦਾਂ ਦੀਆਂ ਫਿਰਕੀਆਂ ਚਾਹੀਦੀਆਂ ਨੇ। ਇਹ ਫਿਰਕੀਆਂ ਮਤਲਬ ਕਿ ਆਪਣੇ ਲਵੇ 3-4 ਹੋਣੀਆਂ ਚਾਹੀਦੀਆਂ ਨੇ, ਜਿਹਦੇ ਨਾਲ ਆਪਾਂ ਨੂੰ ਕੋਈ ਦਿੱਕਤ ਨਾ ਆਵੇ। ਮਤਲਬ ਕਿ ਜਿਵੇਂ ਹੁਣ ਜੇ ਆਪਣੇ ਲਵੇ 1 ਫਿਰਕੀ ਹੋਊਗੀ ਫਿਰ ਆਪਾਂ ਨੂੰ ਵਾਰ ਵਾਰ ਧਾਗਾ ਦੇੜਨਾ ਪਊ, ਲਪੇਟਣਾ ਪਊ, ਦੇੜਨਾ ਪਊ, ਲਪੇਟਣਾ, ਇੱਦਾਂ ਦਾ ਪੰਗਾ ਪੈ ਜਾਂਦਾ। ਤੇ ਇਸ ਲਈ ਇਹਨੂੰ 3-4 ਫਿਰਕੀਆਂ ਹੋਣੀਆਂ ਚਾਹੀਦੀਆਂ ਨੇ। ਇਹਦੇ ਲਈ ਜੇ ਮਤਲਬ ਕਿ ਇੱਕ ਸੂਟ ਤੇ ਫਿਰਕੀ ਸਿਲਾਈ ਸੂਟ ਕਰ ਲਿਆ ਇੱਕ ਫਿਰਕੀ ਨਾਲ, ਤੇ ਉਹਦੇ ਵਿੱਚ ਧਾਗਾ ਰਹਿ ਗਿਆ, ਤੇ ਫਿਰ ਆਪਾਂ ਦੂਜੀ ਫਿਰਕੀ ਆਪਾਂ ਵਰਤ ਸਕਦੇ ਹਾਂ, ਇਸ ਲਈ ਇਹ 3-4 ਹੋਣੀਆਂ ਚਾਹੀਦੀਆਂ ਨੇ। ਚਲੋ ਜੀ, ਇਹ ਸੀ ਆਪਣੀ ਅੱਜ ਜੀ ਛੋਟੀ ਜਿਹੀ ਵੀਡੀਓ, ਸਿਲਾਈ ਮਸ਼ੀਨ ਦੇ ਜੋ ਜ਼ਰੂਰੀ ਸਮਾਨ ਸੀ ਤੁਹਾਨੂੰ ਦੱਸਤਾ ਇਹਦੇ ਬਾਰੇ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਲੈ ਕੇ ਆਉਂਦੇ ਰਹਾਂਗੇ ਇੱਕ ਹੋਰ ਵੀਡੀਓ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।